ਮੈਂ ਬਲਵਿੰਦਰ ਸਿੰਘ, ਪਿੰਡ ਜੈਨਪੁਰ, ਜ਼ਿਲ੍ਹਾ ਕਪੂਰਥਲਾ, ਤਹਿਸੀਲ ਸੁਲਤਾਨਪੁਰ ਲੋਧੀ ਦਾ ਨੰਬਰਦਾਰ ਹਾਂ। ਇਸਦੇ ਤੋਂ ਪਹਿਲਾਂ ਮੇਰੇ ਪੜਦਾਦਾ ਜੀ ਨੰਬਰਦਾਰ ਸਨ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਕੋਲ ਨੰਬਰਦਾਰੀ ਸੀ। ਇਸ ਕਰਕੇ ਮੈਂ ਨੰਬਰਦਾਰੀ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਮੈਨੂੰ ਪਿੰਡ ਦੀ ਵਕਫ ਬੋਰਡ ਦੀ, ਪੰਚਾਇਤੀ ਅਤੇ ਹੋਰ ਸਾਰੀ ਜ਼ਮੀਨ ਬਾਰੇ ਚੰਗੀ ਤਰ੍ਹਾਂ ਪਤਾ ਹੈ। ਮੈਂ ਗੌਰਮੈਂਟ ਨੂੰ ਦਰਖਾਸਤ ਕਰਦਾ ਹਾਂ ਕਿ ਗੌਰਮੈਂਟ ਨੂੰ ਚਾਹੀਦਾ ਹੈ ਕਿ ਜੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਨੰਬਰਦਾਰੀ ਹੈ ਉਸ ਨੂੰ ਨੰਬਰਦਾਰ ਜੱਦੀ ਪੁਸ਼ਤੀ ਕਰ ਦੇਣਾ ਚਾਹੀਦਾ ਹੈ ਅਤੇ ਜੋ ਵੀ ਇਸ ਦੇ ਲਾਇਕ ਹੈ ਉਸਨੂੰ ਨੰਬਰਦਾਰੀ ਜ਼ਰੂਰ ਦੇਣੀ ਚਾਹੀਦੀ ਹੈ। ਪਿੰਡ ਦਾ ਨੰਬਰਦਾਰ ਇਹੋ ਜਿਹਾ ਹੋਣਾ ਚਾਹੀਦਾ, ਜੇ ਪਿੰਡ ਵਿੱਚ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਉਸਨੂੰ ਨਿਆਂ ਲੈ ਕੇ ਦੇਣਾ ਚਾਹੀਦਾ ਹੈ। ਜਿਵੇਂ ਕਿ ਕੋਈ ਸਰਕਾਰੀ ਪ੍ਰਾਪਰਟੀ ਹੈ ਜੋ ਵੀ ਉਸਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਦੀ ਇਤਲਾਹ ਦੇਣ ਵਾਲਾ ਨੰਬਰਦਾਰ ਹੋਣਾ ਚਾਹੀਦਾ। ਇੱਕ ਜ਼ਿਮੀਂਦਾਰ ਹੋਣ ਦੇ ਨਾਤੇ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ ਕਿ ਜੋ ਵੀ ਅੱਜ ਕੱਲ੍ਹ ਜ਼ਿਮੀਂਦਾਰ ਹੈ ਬਹੁਤ ਨੀਚੇ ਜਾ ਰਿਹਾ ਹੈ, ਉਸਨੂੰ ਫਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਬਾਕੀ ਕੁਦਰਤੀ ਆਫਤਾਂ ਕਰਕੇ ਵੀ ਜ਼ਿਮੀਂਦਾਰ ਬਹੁਤ ਥੱਲੇ ਜਾ ਰਿਹਾ ਹੈ। ਇਸ ਕਰਕੇ ਮੈਂ ਗੌਰਮੈਂਟ ਨੂੰ ਦਰਖਾਸਤ ਕਰਦਾ ਹਾਂ ਕਿ ਜ਼ਿਮੀਂਦਾਰ ਵੱਲ, ਕਿਸਾਨ ਵੱਲ ਗੌਰਮੈਂਟ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਸਰਕਾਰ ਤੋਂ ਮੰਗ ਕਰਦਾ ਹਾਂ ਕਿ ਆਲੂ, ਮੱਕੀ ਅਤੇ ਬਾਸਮਤੀ ਦਾ ਫਿਕਸ ਰੇਟ ਹੋਣਾ ਚਾਹੀਦਾ ਹੈ ਅਤੇ ਇਸਦਾ ਸਹੀ ਮੰਡੀਕਰਨ ਹੋਣਾ ਚਾਹੀਦਾ ਹੈ।